ਰਾਹ ਵਿਖੇ ਮਜ਼ਦੂਰ ਮੁਲਾਜ਼ਮ ਅਤੇ ਕਿਸਾਨਾਂ ਨੇ ਸਾਂਝੇ ਤੌਰ ਤੇ ਮਨਾਇਆ ਮਜ਼ਦੂਰ ਦਿਵਸ। ਇਸ ਮੌਕੇ ਉਹਨਾਂ ਨੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਕਾਮ ਕੀ ਪੂਜਾ ਕਰਨੇ ਵਾਲੇ, ਮਿਹਨਤ ਸੇ ਨਾ ਡਰਨੇ ਵਾਲੇ, ਮਜ਼ਦੂਰ ਜ਼ਿੰਦਾਬਾਦ, ਮਜ਼ਦੂਰ ਜ਼ਿੰਦਾਬਾਦ, ਮਜ਼ਦੂਰ ਜ਼ਿੰਦਾਬਾਦ, ਜ਼ਿੰਦਾਬਾਦ। दस साल पहला जेड़ा राइट टू एजुकेशन 2009-10 कानून पास करके वो जेड़ा लेबर आंदा हल कर बैठे आ। सो सानू ये सुचेत होने की लोड़ आ, जेड़ी लेबर कानून ने जेड़े आए ने बैठी। मैं थोड़ा क्लीयर गल दस दिना भाई, वह खेती कानूनों तो भी मारू जेड़े साबित हो गए। जेड़ी पहला सी 8 घंटे की, हफ्ते के बच्चे 8-8.5 घंटे ਜਿਹੜਾ ਸੀਗਾ ਉਹਦੇ ਪੈਮਾਨੇ ਦੇ ਉੱਤੇ ਜਿਹੜਾ ਤਨਖਾਹ ਬਣਦੀ ਸੀ, ਹੁਣ 12 ਘੰਟੇ ਕਰ ਦਿੱਤੀ ਆ ਤੇ ਛੁੱਟੀ ਵੀ ਕੋਈ ਨਹੀਂ ਹੈ। ਜਿਹੜੇ ਕਿ ਉਹ 12-72 ਘੰਟੇ ਤੋਂ ਵੀ ਉੱਪਰ ਜੇ ਮਾਲਕ ਦੀ ਮਰਜ਼ੀ ਉਹ। ਇਸ ਮੌਕੇ ਵੱਡੀ ਗਿਣਤੀ 'ਚ ਮਜ਼ਦੂਰ ਮੁਲਾਜ਼ਮ ਅਤੇ ਕਿਸਾਨਾਂ ਨੇ ਸ਼ਿਰਕਤ ਕੀਤੀ। ਦਰਾਹਾ ਤੋਂ ਸਿਮਰਦੀਪ ਦਬੁਰਜੀ ਦੀ ਰਿਪੋਰਟ।